ਲੋ ਜੀ ਚੰਡੀਗੜ੍ਹ ਤੋਂ ਚਲੋ ਜਾ ਰਿਹਾ ਰਾਜਪੁਰੇ ਤੋਂ ਅੱਗੇ ਆ ਕੇ ਇੱਕ ਟੋਲ ਪਲਾਜ਼ਾ ਆਉਂਦਾ ਦੇਖੋ ਤੁਸੀਂ ਲਾਈਨ ਦੇਖ ਸਕਦੇ ਹੋ ਬਾਈ ਕਿੱਥੇ ਤੱਕ ਲੱਗੀ ਆ ਕਿੱਥੇ ਤੱਕ ਇਹਦਾ ਟੋਲ ਪਲਾਜ਼ੇ ਵਾਲਿਆਂ ਨੇ ਕਿਉਂ ਨਹੀਂ ਮਤਲਬ ਨੱਥ ਪਾਈ ਜਾਂਦੀ ਜਦੋਂ ਰੂਲ ਆ ਕਿ 3 ਮਿੰਟ ਬੰਦਾ ਕੋਈ ਖੜ ਨਹੀਂ ਸਕਦਾ ਇੱਥੋਂ ਅਜੇ ਟੋਲ ਪਲਾਜ਼ਾ ਅੱਧੀ ਕਿਲੋਮੀਟਰ ਦੂਰ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਕਿ ਆ ਜਿਹੜੇ ਲੋਕ ਨੇ ਇਹ ਦੁਖੀ ਕਰਨ ਵਾਸਤੇ ਰੱਖੇ ਹੋਏ ਆ ਇੱਥੇ ਕੋਈ ਪ੍ਰਸ਼ਾਸਨ ਦਾ ਬੰਦਾ ਹੋਵੇ ਇੱਥੇ ਕੋਈ ਹੋਰ ਹੋਵੇ ਕਿਉਂ ਨਹੀਂ ਆ ਇਹਨੂੰ ਟ੍ਰੈਫਿਕ ਨੂੰ ਲੰਘਾਉਂਦਾ ਯਾਰ ਜੇ ਅੱਧਾ ਅੱਧਾ ਘੰਟਾ ਟੋਲ ਪਲਾਜ਼ਾ ਤੇ ਐਵੇਂ ਖੜਨਗੇ ਲੋਕ ਤਾਂ ਫਿਰ ਟੈਕਸ ਦੇਣ ਦਾ ਕੀ ਫਾਇਦਾ ਹੈ ਨਾ ਤਾਂ ਗੱਡੀਆਂ ਜਦੋਂ ਘੜਾਉਣੇ ਆ ਉਦੋਂ ਟੈਕਸ ਤੇ ਨਾਲੇ ਫਿਰ ਡੇਢ ਘੰਟਾ ਇੱਥੇ ਲੈਣਾ ਇਹ ਇਹ ਕਿੱਥੋਂ ਦੀ ਇਹ ਗੁੰਡਾ ਕਰਦੀ ਨਹੀਂ ਤੇ ਹੋਰ ਕੀ ਹੈ ਆ ਜਾਓ ਬਾਈ ਉੱਥੋਂ ਚੱਕ ਕੇ ਟੋਲ ਪਲਾਜ਼ਾ ਲੰਘਾਉਣਾ ਚਲੋ 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 ਇਹ ਗੁੰਡਾ ਕਰਦੀਆਂ ਕਦੋਂ ਤੱਕ ਬੰਦ ਨਹੀਂ ਹੋਣਗੀਆਂ ਬਾਈ ਇਹ ਯਾਰ ਅਸੀਂ ਬੋਲਦੇ ਕਿਉਂ ਨਹੀਂ ਆ ਸਾਰੇ ਹੁਣ ਜਾਈ ਜਾਣਗੇ ਕਿਸੇ ਨੇ ਨਹੀਂ ਖੜਨਾ ਨਾਲੇ ਸਾਥੋਂ ਟੈਕਸ ਲੈਣੇ ਤੇ ਨਾਲੇ ਅਸੀਂ ਸੜਕਾਂ ਤੇ ਲੰਬੀਆਂ ਲੈਣਾ ਖੜਨਾ ਤੇ ਨਾਲੇ ਟੋਲ ਪਲਾਜ਼ੇ ਲੈਣੇ ਇਹ ਗੁੰਡਾ ਕਰਦੀਆਂ ਕਦੋਂ ਬੰਦ ਹੋਣਗੀਆਂ ਆ ਦੂਰ ਤੱਕ ਲੈਣ ਦਿਖਾ ਦੇ ਆ ਲਾਈਨ ਦੇਖ ਲਓ ਬਾਈ ਜੀ ਕਿੱਥੇ ਤੱਕ ਲੱਗੀ ਹੋਈ ਆ ਘੱਟੋ ਘੱਟ 2 ਕਿਲੋਮੀਟਰ ਪਿੱਛੇ 2 ਕਿਲੋਮੀਟਰ ਪਿੱਛੇ ਤੱਕ ਲਾਈਨ ਲੱਗੀ ਹੋਈ ਹੈ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਛੜਕਦੀ ਕੋਈ ਇਹ ਨਹੀਂ ਕਿ ਖੜਕੇ ਇਹਨਾਂ ਨਾਲ ਕੋਈ ਬੋਲ ਲੈ ਕੋਈ ਇਹਨਾਂ ਨੂੰ ਕਹਿ ਦੇ ਤੇ ਫਿਰ ਇਹ ਗੱਲ ਪੈਂਦੇ ਆ ਪਰ ਲੰਘੀ ਜਾਣਾ ਸਾਰਿਆਂ ਨੇ ਕਿਸੇ ਨੇ ਬੋਲਣਾ ਨਹੀਂ ਆ ਦੇਖ ਸਕਦੇ ਹੋ ਸ਼ੇਅਰ ਕਰੀ ਚੱਲਿਓ ਇਹਨਾਂ ਦੀ ਗੁੰਡਾਗਰਦੀ ਵੀ ਦਿਖਾਉਂਗਾ ਕਿ ਕਿਵੇਂ ਬੋਲਣਗੇ ਆ ਦੇਖ ਸਕਦੇ ਹੋ ਕਿੱਥੇ ਟੱਕ ਲੈਣਾ ਨੇ ਆ ਦੇਖ ਲਓ ਬਾਈ ਆ ਲਾਈਨ ਦੇਖ ਲਓ ਕਿੱਥੋਂ ਕਿੱਥੇ ਤੱਕ ਆ ਤੇ ਜਿਹੜੇ ਮੁਸਾਫਰ ਨੇ ਜੇਕਰ ਇਹ ਚ ਕੋਈ ਐਂਬੂਲੈਂਸ ਆ ਜਾਂਦੀ ਹੈ ਐਂਬੂਲੈਂਸ ਵਾਸਤੇ ਵੀ ਕੋਈ ਰਾਹ ਨਹੀਂ ਛੱਡਿਆ ਐਂਬੂਲੈਂਸ ਵਾਸਤੇ ਵੀ ਕੋਈ ਰਾਹ ਨਹੀਂ ਹੈਗਾ ਤੇ ਉੱਤੋਂ ਇਹ ਗੁੰਡਾਗਰਦੀਆਂ ਕਰਦੇ ਆ ਤੇ ਉੱਤੋਂ ਇਹ 2-2 ਕਿਲੋਮੀਟਰ ਦੀ ਲਾਈਨ ਲੱਗੀ ਰਹਿੰਦੀ ਆ ਤੇ ਪਿੱਛੇ ਹੁਣ ਮੋਰਚੇ ਤੋਂ ਆ ਰਹੇ ਸੀ ਬਾਈ ਬੰਦੀ ਸਿੰਘ ਵਾਲੇ ਮੋਰਚੇ ਤੋਂ ਉਹ ਪਿੱਛੇ ਗੱਡੀ ਖੜਾ ਕੇ ਆਇਆ 1 ਕਿਲੋਮੀਟਰ ਦੀ ਲਾਈਨ ਆ ਬਾਈ ਜੀ ਪੂਰੇ 1 ਕਿਲੋਮੀਟਰ ਦੀ ਤੇ ਪਰ ਇੱਕ ਵੀ ਬੰਦਾ ਵਿੱਚੋਂ ਗੱਡੀਆਂ ਨੇ ਨਿਕਲ ਗਏ ਇੱਕ ਵੀ ਬੰਦਾ ਬਾਹਰ ਨਹੀਂ ਆਉਂਦਾ ਯਾਰ ਇੱਕ ਵੀ ਬੰਦਾ ਨਹੀਂ ਬਾਹਰ ਆਉਂਦਾ ਇੱਕ ਵੀ ਯਾਰ ਚਲੋ ਬਾਈ ਦਿੰਦੇ ਵੀ ਭੈਣ ਦੀ ਲਾ ਲਓ ਆ ਗਿਆ ਬਾਈ ਆ ਗਿਆ ਬਾਈ ਚਲ ਦੀ ਲਾ ਮੈਨਾਂ ਦੀ ਕਮਾਲ ਆ ਯਾਰ।
ਸਾਡੇ ਨਾਲ 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 ਸਾਡੇ ਨਾਲ
ਲੰਗਰ ਦੇ ਟ੍ਰੈਫਿਕ ਜਮਾ ਨਹੀਂ ਰੁਕਦੀ ਟ੍ਰੈਫਿਕ ਜਮਾ ਨਹੀਂ ਰੁਕਦੀ ਥੱਲੇ ਨਾ ਦੇਖੋ ਇਹਨੂੰ ਥੱਲੇ ਨਾ ਦੇਖੋ ਟ੍ਰੈਫਿਕ ਜਮਾ ਨਹੀਂ ਰੁਕਦੀ ਇਹਨੂੰ ਬੜਾ ਰੱਖੋ ਲੈ ਟ੍ਰੈਫਿਕ ਰੁਕ ਕੇ ਦਿਖਾਵੇ ਯਾਰਾ ਯਾਰ ਮੰਨ ਲਓ ਫਿਰ ਗੱਲ ਨੂੰ ਪਰਾ ਕਰ ਲਓ ਯਾਰ ਮੰਨ ਲਓ ਗੱਲ ਤੈਨੂੰ ਕਿੰਨਾ ਟਾਈਮ ਹੋ ਗਿਆ ਪਿਆਰ ਨਾਲ ਕਹੀ ਜਾਂਦਾ ਯਾਰ ਮੰਨ ਲਓ ਯਾਰ ਗੱਲ ਲੰਘਾਓ ਬਾਈ ਲੰਘਾਓ ਲੰਘਣ ਦੋ ਲੰਘਣ ਦੋ ਲੰਘਣ ਦੇ ਲੰਘਣ ਦੇ ਬਾਈ ਲੰਘਣ ਦੋ ਬਾਈ ਚੱਲਣ ਦੋ ਲੈਣ ਖੜੇ ਨੇ ਨਾ ਚੱਲ 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 ਦਿਖਾ ਲੈਣ ਤੂੰ ਆ ਜਾ ਸ਼ੀਸ਼ਾ ਤਾਂ ਨੀ ਫੁੱਟਦਾ ਰਬੜਾ ਦੇ ਜਾਣ ਦੇ ਜਾਣ ਦੇ ਰੋਕੀ ਨਾ ਸ਼ੀਸ਼ਾ ਫੁੱਟਦਾ ਨੀ ਗਾ ਰਬੜਾ ਜਾਣ ਦੇ ਜਾਣ ਦੇ ਜਾਣ ਦੇ ਚੱਲ ਪੰਜਾਬ ਦਾ ਖਾ ਕੇ ਨਾ ਤੁਸੀਂ ਪੰਜਾਬ ਦੇ ਪੰਜਾਬ ਦੇ ਢਿੱਡ ਦੇ ਨੰਬਰ ਲੰਘਣ ਦੋ ਬਾਈ ਗੱਡੀ ਤੋਰ ਤੋਰ ਕੇ ਟਮਾਟੋ ਬਾਟੋ ਕਾਪੀ ਛੱਡ ਦੇਊਗਾ ਚੱਲ ਚੱਲ ਗੱਡੀ ਤੋਰ ਦੂਗਾ ਹਾਂ ਗੱਡੀ ਦੋ ਕਰਕੇ ਨਹੀਂ ਲੈਣੀਆਂ ਦੋ ਕਰਕੇ ਲੈ ਜਾਣੀ ਚੱਲ ਐਂਬੂਲੈਂਸ ਦੇ ਕਿੱਥੇ ਤੋੜੋ ਅੰਕਲ ਤੋੜੋ ਗੱਡੀ ਤੋੜੋ ਪਿੱਛੇ ਮੁੜਨਾ ਤਾਂ ਮੈਂ ਹੀ ਨਹੀਂ ਮੈਂ ਤੈਨੂੰ ਭਰਾ ਕਹਿਣਾ
ਉਹ ਮੈਂ ਕਿਹਾ ਉਹ ਯਾਰ ਆ
ਖਾਲਸਾ ਖਾਲਸਾ ਪਰਾ ਹੋਏ ਨਾ ਗੱਡੀਆਂ ਲਗਾਓ ਬਾਈ ਗੱਡੀਆਂ ਲਗਾਓ ਸਾਈਡ ਤੇ ਹੋ ਜਾ।
ਮੇਰੀ ਗੱਲ ਸੁਣ ਮੇਰੇ ਵੀਰੇ ਨਾਲ ਗੱਲ ਬਾਅਦ ਚ ਕਰੀ ਪਹਿਲਾਂ ਮੇਰੇ ਨਾਲ ਕਰ ਇੱਕ ਮਿੰਟ ਤੂੰ ਸਿੱਖ ਬੰਦਾ ਮੈਂ ਭਣੇ ਤੇ ਨਾਲ ਗੱਲ ਨਹੀਂ ਕਰਨੀ ਸਿੱਖ ਬੰਦਾ ਨਾ ਮੈਂ ਨਾਨੀ ਨਾਲ ਗੱਲ ਨਹੀਂ ਕਰਨੀ ਚਾਹੀਦੀ ਇਹ ਜਨਾਨੇ ਕੋ ਬੰਦੇ ਆ ਇਹ ਜਨਾਨੇ ਕੋ ਬੰਦੇ ਆ ਇਹ ਕਰਨ ਗੱਲ ਕਰੀਏ ਨਾ ਛੋਟਾ ਭਰਾ ਹੈ ਸਾਡਾ ਭਰਾ ਹੈ ਭਾਈ ਤੁਹਾਡੇ ਨਾਲ ਹੋ ਹੈਲੋ ਹੈਲੋ ਸਿਸਟਰ ਹੈਲੋ ਕੋਈ ਗੱਲ ਮੇਰੇ ਬਾਤ ਨਾ ਕਰ ਕੇ ਪੂਰੀ ਨਾ ਕਰ ਸਰਦਾ ਸਾਹਿਬ ਉਹ ਸੱਚ ਮਾਰੇਗਾ ਉਹ ਕੋਈ ਗੱਲ ਨਹੀਂ ਕਰਦਾ ਤੁਸੀਂ ਲਗਾਓ ਨਾ ਲਾਈਟ ਤੂੰ ਦੇਖ ਯਾਰ ਮੈਨੂੰ ਤੁਸੀਂ ਲਗਾਓ ਨਾ ਭਾਈ ਤੁਸੀਂ ਤਾਂ ਆ ਜਾ ਆ ਜਾ ਕੋਈ ਦੇ ਇਹਨੂੰ ਮੱਥੇ ਮੱਥੇ ਇਹਨੂੰ ਫੜ ਕੇ ਰੱਖੋ ਇਹਨੂੰ ਫੜ ਕੇ ਰੱਖੋ ਇਹਨੂੰ ਥੱਲੇ ਉਤਰੋਂ ਹਟਾਓ ਚਲੋ 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 ਦਬਾਓ ਬਈ ਦਬਾਓ ਯਾਰ ਚੱਲ 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 ਇਹਨਾਂ ਦੀ ਗੁੰਡਾ ਕਰਦੀ ਹੈ ਕੱਢਣੀ ਸੀ ਆਹ ਤੁਸੀਂ ਦਿਖਾਇਆ ਸਾਰਾ ਪੰਜਾਬ ਆ ਪਰ ਗੁੰਡਾ ਕਰਦੀਆਂ ਕਰਦੀਆਂ ਇਹ ਪੰਜਾਬ ਦੇ ਲੋਕ ਗੁੰਡਾ ਕਰਦੀਆਂ ਤੇ ਨਾਲ ਪ੍ਰਸ਼ਾਸਨ ਵੀ ਮਿਲਿਆ ਹੋਇਆ ਨਾਲ ਪ੍ਰਸ਼ਾਸਨ ਵੀ ਮਿਲਿਆ ਹੋਇਆ ਆਹ ਪ੍ਰਸ਼ਾਸਨ ਨੂੰ ਪੁੱਛਿਆ ਤੇ ਆ ਕੇ ਕੋਈ ਗੱਲਬਾਤ ਨਹੀਂ ਕਹਿੰਦਾ ਦੇਖੋ ਇਹ ਸਹੀ ਨੇ ਪ੍ਰਸ਼ਾਸਨ ਕਹਿੰਦਾ ਇਹ ਸਹੀ ਨੇ ਤਿੰਨ ਮਿੰਟ ਤੋਂ ਵੱਧ ਲੈਣ ਲੱਗੀ ਪਈ ਆ ਹੁਣ ਵੀ ਨਾਮ ਲਿਖਾਓ ਗੱਡੀ ਲੰਘਾਓ ਦੀ ਬੜਾ ਉਗਰੀ ਤੋਰ ਤੋਰ ਬਈ ਪਿੱਛੇ ਚਾਹੇ ਤੁਸੀਂ 15 ਅੱਧਾ ਘੰਟਾ ਖੜਾ ਰਹੋ ਰੂਲ ਸਾਡਾ 2 3 ਮਿੰਟ ਇੱਥੇ ਤਾਂ ਮੈਨੂੰ ਸਟਾਰਟ ਹੈ ਮੈਂ ਮਰਜੀ ਨਾਲ ਖਰਚਾ ਸਭ ਕੁਝ ਪੜਿਆ ਨਾ ਰੂਲ ਦੇ ਨਹੀਂ ਪਤਾ ਚੱਲ ਬਈ ਬਾਈ 3 ਮਿੰਟਾਂ ਦੇ ਬਾਅਦ ਕਿੰਨੇ ਖੜਾ ਲਓ ਮੈਂ ਹੈਗਾ ਰੂਲ ਫਿਰ ਅਸੀਂ ਆ ਪਿਆਰ ਨਾਲ ਗੱਲ ਕਰੀਏ ਨਹੀਂ ਹੁੰਦੇ ਕੋਈ ਅਸੀਂ ਹੁਣ ਕਹਿੰਦੇ ਆ ਹੁਣ ਪੈਣੇ ਹੁਣ ਚੱਕਰ ਬਾਈ ਹੁਣ ਚੱਕਰ ਚੁੱਪ ਕਰ ਜਾ ਆਹ ਬਾਹਰ ਜਮਾਨੇ ਬੜੇ ਖੜੇ ਨੇ ਇੱਥੇ ਤੇਰੇ ਨਾਲ ਦੇ ਇਹਨਾਂ ਨੂੰ ਬੋਲ ਲੈਣ ਦੇ ਪੰਜਾਬ ਨੂੰ ਅੱਗ ਲਾ ਲਓ ਬਾਈ ਠੀਕ ਨਾਲ ਅੱਗ ਸਾਰੇ ਪੰਜਾਬ ਨੂੰ ਪੰਜਾਬ ਦੇ ਹੋ ਕੇ ਪ੍ਰਸ਼ਾਸਨ ਦੇ ਸੱਤ ਬੰਦੇ ਦੇਖਣ ਲੱਗੇ ਤੁਹਾਨੂੰ ਤੁਸੀਂ ਦਿਨੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਵੀ ਹਾਂ ਹਾਂ ਨਾ ਹੁੰਦੇ ਸਿੱਖ ਕੌਮ ਮਰਦੀ ਨਹੀਂ ਸੀ ਗਦਾਰ ਨਾਲ ਹੁੰਦੇ ਪੱਗਾਂ ਬੰਨ ਕੇ ਪੱਗਾਂ ਬੰਨ ਕੇ ਭਈਆਂ ਦੀ ਹਮਾਇਤ ਕਰਦੇ ਆ ਯਾਰ ਪੱਗਾਂ ਬੰਨ ਕੇ ਪੰਜਾਬ ਦੇ ਵਿੱਚ ਦੇਖ ਲਓ ਅਸੀਂ ਸਿੱਖਾਂ ਤੇ ਭਈਆਂ ਦਾ ਹਾਲ ਦੇਖ ਲਓ ਭੈਣ ਸਾਡੇ ਤੇ ਕੋਈ ਮਾਰੇ ਨਹੀਂ ਖਾਲਸਾ ਜੀ ਇਹਦੇ ਕਿੱਧਰ ਦੇਖੋ ਸਾਡਾ ਉਹਨਾਂ ਨਾਲ ਸਾਨੂੰ ਕਿਹਦਾ ਸਾਰੇ ਨੇ ਉਲਟਾ ਸਾਨੂੰ ਸਲਾਹਾਂ ਉਹਨਾਂ ਨਾਲ ਸਾਨੂੰ ਸਲਾਹਾਂ ਦੇ ਰਹੇ ਨੇ ਪ੍ਰਸ਼ਾਸਨ ਭਈਆਂ ਦੀ ਹਮਾਇਤ ਕਰਦਾ ਉਹ ਦੇਖਣ ਨਹੀਂ ਲੱਗ ਰਿਹਾ ਪ੍ਰਸ਼ਾਸਨ ਜਿਹੜਾ ਭਈਏ ਕਹ ਰਹੇ ਉਹਨਾਂ ਦੇ ਕੋਲ ਨਹੀਂ ਹੈਗਾ ਉਹ ਰੋਟੀ ਨਹੀਂ ਖਾਂਦੇ ਆਪਣੇ ਪੰਜਾਬ ਉਹ ਪੰਜਾਬ ਦੇ ਫਿਰ ਸਾਨੂੰ ਤਾਂ ਨਾ ਬੋਲੋ ਛੋਟੀ ਸੋਚ ਗਲਤ ਹੈ ਵੀਰੇ ਛੋਟੀ ਸੋਚ ਗਲਤ ਹੈ ਵੀਰੇ ਜਦੋਂ ਖੂਨ ਚੜ ਦੇਣਾ ਉਦੋਂ ਨਹੀਂ ਦੇਖਦਾ ਜੇ ਭਈਏ ਦਾ ਕਰ ਪਿਆ ਵੀ ਦਾ ਠੀਕ ਹੈ ਵੀ ਆਪਣੇ ਆਪ ਹੀ ਦਾ ਕਿਦਾ ਜੀ ਵੀ ਦਾ ਕਰ ਕੇ ਇਹਨਾਂ ਨੇ ਉੱਥੇ ਜਾ ਕੇ ਦੇਖ ਲਾ ਉੱਥੇ ਤੋਂ ਨਹੀਂ ਜਿਹੜੀ ਗਲਤੀ ਹੈ ਯਾਰ ਉਹਨੂੰ ਸਹੀ ਦੇ ਕਾਨੂੰਨ ਭਾਈ ਜਿਹਦੀ ਗਲਤੀ ਉਹਨੂੰ ਕਾਨੂੰਨ ਸਹੀ ਅੰਦੋਲਨ ਚ ਨੌਕਰੀਆਂ ਛੱਡੀ ਬੈਠੇ ਮੁੰਡੇ ਉਹ ਭਾਈ ਅਸੀਂ ਵੀ ਜਾ ਕੇ ਆਏ ਯਾਰ ਤੁਸੀਂ ਕੱਲੇ ਜਾ ਕੇ ਛੱਡੀਆਂ ਬੈਠੇ ਤੁਸੀਂ
ਮੈਂ ਹੋਰ ਧਰਨਾ ਨਹੀਂ ਕਹਿੰਦਾ ਜਦੋਂ ਉਹਨੂੰ ਕਰਦੇ ਆ ਨਾ ਬਾਹਰਲੇ ਨੂੰ ਰੱਖਦੇ ਆ ਜਦੋਂ ਅਸੀਂ ਕਰਦੇ ਹੋਰ ਤਾਂ ਤੁਸੀਂ ਜ਼ਿਆਦਾ ਮਸਤੀ ਬਣ ਗਏ ਇਹਨਾਂ ਠੀਕ ਹੈ ਨਾ ਅਸੀਂ ਵੀ ਤੁਹਾਡੇ ਨਾਲ ਜ਼ਿਆਦਾ ਮਸਤੀ ਬਣ ਗਏ ਇਹਨਾਂ ਰੱਖਦੇ ਆ ਨਹੀਂ ਵੀ ਇੱਕ ਕਰਨ ਨਾਲ ਰੌਲਾ ਪਾ ਜ਼ਿਆਦਾ ਮਸਤੀ ਬਣ ਗਿਆ ਤੂੰ ਆ ਯਾਰ ਦੁਨੀਆ ਹੋਰ ਜਾ ਰਹੀ ਕਿਸੇ ਨੂੰ ਹੋਰ ਨਹੀਂ ਫਿਕਰ ਹੈ ਕਿਉਂ ਨਹੀਂ ਫਿਕਰ ਅੱਜ ਉਹ ਫਿਰ ਰੋਜੀ ਰੋਟੀ ਆ ਇਹ ਟਟੋਲ ਤੇ ਰੌਲਾ ਪਾਉਣਾ ਹੱਲ ਹੋ ਕਿੱਥੇ ਮਰਜ਼ੀ ਮੋਟਰ ਜੀਰੇ ਤਾਂ ਅੱਗੇ ਸੀ ਇੱਥੇ ਤਾਂ ਅੱਗੇ ਪਰ ਇਹ ਨੀ ਬਾਈ ਵੀ ਜੇ ਤੁਸੀਂ ਰੌਲਾ ਦਾ ਜੀ ਅਸੀਂ ਜਦੋਂ ਇਹਨਾਂ ਨੇ ਨਾਰਮਲ ਗੱਲ ਕਰੀ ਆ ਜੀ ਆਪਾਂ ਅਸੀਂ ਆ ਕੇ ਇਹਨਾਂ ਨਾਲ ਗੱਲ ਕੀਤੀ ਵੀ 3 ਮਿੰਟ ਹੋ ਗਏ ਬਾਈ ਪੁਲਿਸ ਸਾਡੇ ਨਾਲ ਗੱਲ ਨਹੀਂ ਕੀਤੀ ਵੀਰੇ ਆਣ ਕੇ ਤੁਸੀਂ ਬਈਆ ਅੱਖ ਪਾਇਆ ਅਰੇ ਵੀ ਚੱਲ ਰਿਹਾ ਬਈ ਲੈਵ ਚੱਲ ਰਿਹਾ ਫਿਰ ਆ ਜਾਓ ਲਾਈਵ ਦੇਖ ਰਹੇ ਹੋ ਕੱਟੂਗਾ ਤੂੰ ਬਾਅਦ ਫਿਰ ਸੁਣ ਦੇਖ ਸਾਰੇ ਪ੍ਰੂਫ ਨਾ ਉੱਤੋਂ ਜਨਾਨੀਆਂ ਨੂੰ ਮੂਹਰੇ ਕਰ ਦਿੰਦੇ ਆ ਮਰਦਾਂ ਦੀ ਮਰੀਆਂ ਜ਼ਮੀਰ ਵਾਲੇ ਨਹੀਂ ਬੋਲਦੇ ਅਸੀਂ ਤਾਂ ਬੋਲਦੇ ਅੰਦਰ ਬੈਠੇ ਆ ਬਲਾਕ ਕਰੀ ਆ ਬਾਹਰ ਫਿਰਦਾ ਕੋਰਟਾਂ ਚ ਜਾ ਕੇ ਕੀ ਕਰਾਂਗੇ ਦੱਸੋ ਸਾਨੂੰ ਲਿਟਰੇਚਰ ਰੱਖਣ ਤੇ ਉਮਰ ਕੈਦ ਆ ਹੋਰ ਧਰਮ ਕੋਈ ਪੂਜਾ ਕਰੇ ਰਫਲਾਂ ਦੀ ਬੰਦੂਕਾਂ ਦੀ ਉਹ ਛੋੜੇ ਦੱਸੋ ਬਾਈ ਕਿੱਧਰ ਜਾਈਏ ਦੱਸੋ ਸਾਡੇ ਨਾਲ ਤਾਂ ਤੁਸੀਂ ਨੀ ਹੈਗੇ ਕੋਰਟਾਂ ਨੇ ਜੱਜ ਸਾਡੇ ਨਾਲ ਕਿੱਥੋਂ ਜਾਣਗੇ ਤੁਸੀਂ ਨੌਕਰੀ ਕਰਦੇ ਇਹਨਾਂ ਨੂੰ ਕਹੋ ਵੀ ਸਹੀ ਨਾ ਤੁਸੀਂ ਨੌਕਰੀ ਕਰ ਦੇ ਮੈਂ ਤੁਹਾਡੀ ਅਸੀਂ ਕਿਸੇ ਨਾਲ ਝਗੜ ਰਹੇ ਹਾਂ ਮੈਂ ਤੁਹਾਡੀ ਬਾਈ ਤਿੰਨ ਮਿੰਟ ਦੱਸ ਦੇ ਵੀ ਇੰਨੇ ਏਰੀਆ ਚ ਲਿਖਿਆ ਹੈ ਟੋਲ ਟੈਕਸ ਦੇ ਦਸ ਗੱਡੀਆਂ ਦੇ ਵਿੱਚ ਦੱਸ ਦੇ ਵੀ ਇੱਥੇ ਲਿਖਿਆ ਹੈ ਟੋਲ ਟੈਕਸ ਤੁਸੀਂ ਕੀ ਲੈਣਾ ਆ ਜਾਓ ਜਦੋਂ ਆਪਦੀ ਕਤਾਰ ਨਿਕਲਦੇ ਨੇ ਪੰਜਾਬ ਦਾ ਖਾ ਕੇ ਪੰਜਾਬ ਦਾ ਖੂਨ ਯਾਰ ਹੋਰ ਇਹਨਾਂ ਨੂੰ ਕੀ ਕਰਾਂਗੇ ਦੇਖੋ ਨਾਲੇ ਪ੍ਰਸ਼ਾਸਨ ਇਹ ਫੁੱਦੂ ਸਮਝਦੇ ਹਰੇਕ ਨੂੰ ਵੀ ਫੁੱਦੂ ਤੁਰੇ ਫਿਰਦੇ ਆ ਦੇਖ ਲਓ ਪੰਜਾਬ ਦਾ ਪ੍ਰਸ਼ਾਸਨ ਇਹਨਾਂ ਦੀ ਆ ਭਈਆਂ ਦੀ ਹਮਾਇਤ ਕਰਦਾ ਭਈਆਂ ਦੀ ਤੇ ਪੰਜਾਬ ਦੇ ਲੋਕੋ ਕਿਵੇਂ ਬਚਾਓਗੇ ਪੰਜਾਬ ਨੂੰ ਦੱਸੋ ਕਿਵੇਂ ਬਚਾਓਗੇ ਆ ਹੁਣ ਧੱਕੇ ਨਾਲ ਲੰਘਾ ਕੇ ਆਏਗੇ ਤਾਂ ਟ੍ਰੈਫਿਕ ਸਹੀ ਹੋਈ ਹੈ ਕਿਵੇਂ ਬਚਾਵਾਂਗੇ ਕੋਈ ਬੋਲਦਾ ਨੀ ਕੋਈ ਕਰਦਾ ਨੀ ਯਾਰ ਲਾਹਨਤਾਂ ਨੇ ਯਾਰ ਆ ਟੋਲ ਪਲਾਜ਼ਾ ਜਿਹੜਾ ਰਾਜਪੁਰੇ ਵਾਲਾ ਬਾਈ ਜੀ ਦੇਖ ਲਓ ਇਹਨਾਂ ਦੀ ਗੁੰਡਾਗਰਦੀ ਹੁਣ ਕੱਢ ਕੇ ਹੁਣ ਸਹੀ ਹੋਈ ਹੈ ਸ਼ੇਅਰ ਕਰ ਦਿਓ ਭਰਾਵੋ ਨਹੀਂ ਬਈਆਂ ਨੇ ਸਾਨੂੰ ਮਾਰ ਦੇਣਾ।